ਸਾਡੇ ਪ੍ਰੋਮੋਟਰਾਂ ਦੀ ਗਲਤੀ ਆ ਮੈਂ ਸਿੱਧੇ ਗੱਲ ਕਹੂੰਗਾ ਜੀ ਪ੍ਰੋਮੋਟਰਾਂ ਦੀ ਗਲਤੀ ਇਹ ਆ ਜੇ ਹੁਣ ਫਾਈਨਲ ਮੈਚ ਹੋਇਆ ਅੰਗਲੀ ਚ ਲੱਗ ਗਿਆ ਇਹ ਜੀ ਮੈਚ ਖਰਾਬ ਹੋ ਜਾਣਾ ਹੋ ਜਾਵੇ ਹਮ ਕਿਉਂ ਲਈ ਆ ਜਾਂ ਕਹਿੰਦੇ ਫਿਕਲਾ ਲਓ ਇਹ ਵੀ ਗੱਲ ਕਹਿੰਦੇ ਮੈਂ ਸੁਣਦਾ ਗਰਾਊਂਡ ਚ ਹਾਫ ਟਾਈਮ ਲਈ ਬਾਹਰ ਕੱਢ ਦਿਓ ਕਿਉਂ ਕੱਢ ਦਿਓ ਹਾਫ ਟਾਈਮ ਲਈ ਬਾਹਰ ਸਦਾ ਉਨ ਬਾਹਰ ਕੱਢੋ ਹਮ ਜੇ ਤੁਸੀਂ ਮੈਚ ਹਾਰਦੇ ਆ ਉਹਦੇ ਪੈਸੇ ਕੱਟ ਲਓ ਜਾਂ ਬਿਲਕੁਲ ਜੀ ਦੇਖੋ ਗੱਲਾਂ ਸਾਫ਼ ਸੁਥਰੀਆਂ ਹੋਣਾ ਰੂਲ ਤੇ ਰੂਲ ਰੱਖੋ ਹੁਣ ਲੋਕੀ ਦੇਖਣ ਆਏ ਆ ਮੈਂ ਇਸ ਇਸ ਹੱਕ ਜੀ ਨੀਗਾ ਹੁਣ ਲੋਕੀ ਦੇਖਣ ਆਏ ਆ ਆ ਹੁਣ ਮੈਚ ਖੇਡ ਲੈਂਦੇ ਆ ਅਗਲਾ ਮੈਚ ਆਪਾਂ ਰੱਖ ਲੈਣ ਕੰਡੀਸ਼ਨ ਅਗਲੇ ਫੇ ਹੋ ਜਾਣਾ ਇਹਦੀ ਨਹੀਂ ਉਹ ਗਲਤ ਆ ਦੇਖੋ ਮੈਂ ਉਹ 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 ਚ ਸਾਡੀ ਫੈਡਰੇਸ਼ਨਾਂ ਦਾ ਕਸੂਰਾ ਉਹ 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 ਚ ਜੋ ਸਾਡੀ ਫੈਡਰੇਸ਼ਨਾਂ ਚ ਸਾਡੀ ਵੀ ਆ ਇਹਦੀ ਮਰਜ਼ੀ ਹੋਵੇ ਜਿਹੜਾ ਮੱਝ ਉਹ ਚ ਇਦਾਂ ਚਾਹੀਦਾ ਵੀ ਬਾਹਰ ਆਊਟ ਦਾ ਆਊਟ ਜਦੋਂ ਕੱਪ ਹੋਇਆ ਪਿਛਲੇ ਸਾਲ ਕੱਪ ਹੋਇਆ ਆਹ ਪਿਛਲੇ ਸਾਲ ਕੱਪ ਹੋਇਆ ਉਧਰ ਦੁੱਲੇ ਨੇ ਗਲੀਸ ਲਾ ਲਈ ਟ੍ਰੈਂਟੋ ਟੈਂਟੋ ਕੱਪ ਹੋਇਆ ਉੱਥੇ ਸੀ ਮੈਂ ਸਾਡੇ ਪਲੇਅਰ ਕਿਹਨੇ ਲਾਈ ਹਾਫ ਟਾਈਮ ਲਈ ਬਾਹਰ ਵੜਾਇਆ ਸੀ ਸਾਡੇ ਪਲੇਅਰ ਨੇ ਮਿਲਾਈ ਸੀ ਹਮ ਹਾਫ ਟਾਈਮ ਲਈ ਬਾਹਰ ਵੜਾਇਆ ਸੀ ਨਹੀਂ ਇੱਕ ਪਲੇਅਰ ਸਾਡੇ ਨੇ ਲਾਈ ਸੀ ਸਾਡੇ ਪਲੇਅਰ ਨੇ ਵੀ ਕਿਸੇ ਨੇ ਲਾਈ ਸੀ ਖਰੇ ਭੀਮ ਨੇ ਲਾਈ ਭੀਮ ਨੇ ਲਾਈ ਸੀ ਪਤਾ ਨਹੀਂ ਕਿਹਨੇ ਲਾਈ ਸੀ ਇੱਕ ਪਲੇਅਰ ਸਾਡੇ ਨੇ ਲਾ ਲਈ ਮੈਨੂੰ ਮੈਂ ਵਿੱਚ ਸੀਗਾ ਕਹਿੰਦੇ ਜੀ ਆਪਾਂ ਕੋਈ ਨਹੀਂ ਖੇਡ ਸਾਡੇ ਨੇ ਲਾਈ ਸਾਡੇ ਨੇ ਲਾਈ ਹਾਂ ਆ ਮੈਂ ਕਹਾਂ ਨੁੱਕ ਸਾਡਾ ਵੀ ਬਾਹਰ ਜਾਓ ਤੁਹਾਡਾ ਵੀ ਬਾਹਰ ਜਾਓ ਨਹੀਂ ਜੀ ਸਾਡਾ ਮੈਂ ਕਹਾ ਦੇਖੋ ਵਧੀਆ ਘੱਡੀ ਦੀ ਕੋਈ ਗੱਲ ਨਹੀਂ ਗਲੀਚ ਲਾਈ ਆ ਤੁਸੀਂ ਚੈੱਕ ਕੀਤੀ ਸਾਡੇ ਤੇ ਤੁਸੀਂ ਕਿ ਗਲੀਚ ਲੱਗੀ ਆ ਆਊਟ ਚਾ ਮਾੜਾ ਤੇ ਚਾ ਤਕੜਾ ਦੁੱਲੇ ਨੇ ਗਲੀਚ ਲਾਈ ਆ ਚਾ ਮਾੜਾ ਚਾ ਤਕੜਾ ਦੁੱਲਾ ਆਊਟ ਮੈਂ ਕਹਾ ਨੋ ਕੋਈ ਨਾਉਣ ਦਾ ਚਾਂਸ ਹੀ ਨਹੀਂ ਹਾਫ ਟਾਈਮ ਤੇ ਨਾ ਆ ਕੇ ਆਵੇ ਹਾਫ ਟਾਈਮ ਤੇ ਫਿਰ ਚੱਕਰਾਂਗੇ ਦੁਬਾਰਾ ਜੇ ਤੁਸੀਂ ਚੱਕਰਾਂਗੇ ਦੁਬਾਰਾ ਜੇ ਨਾਲ ਲੱਗੀ ਹੋ ਫੇਰ ਖੇਡ ਲੂਗਾ ਜੇ ਲੱਗੀ ਜੇ ਮੈਂ ਬਾਹਰ ਕੱਢ ਦਿੱਤੇ ਦੁਬਾਰਾ ਜਾਰੀ ਦਾ ਮੈਂ ਕਹਾ ਨੋ ਸੋ ਹੀ ਰੂਲ ਇਹ ਰੂਲ ਉਦੋਂ ਹੋ ਚੱਲ ਗਿਆ ਪਰ ਕਬੱਡੀ ਦੇ ਵਿੱਚ ਮੈਂ ਦੇਖ ਰਿਹਾ ਆਈਦਰ ਨਵਾਂ ਹੀ ਰੂਲ ਹੁੰਦਾ ਫਿਰ ਦੂਸਰੇ ਟੂਰਨਾਮੈਂਟ ਤੇ ਰੂਲ ਚੇਂਜ ਨਹੀਂ ਫਿਰ ਇਹੀ ਤੇ ਗੱਲ ਆ ਹਨਾ ਦੇਖੋ ਹੁਣ ਜੇ ਅਸੀਂ ਕੱਪ ਤੇ ਮੈਂ ਬਾਹਰ ਕੱਢੇ ਉਹ ਅਹੀਂ ਅਹੀਂ ਮੈਂ ਬਾਹਰ ਕੱਢੇ ਉਹ ਦੁੱਲਾ ਬਾਹਰ ਕੱਢਿਆ ਰਾਈਟ ਅਸੀਂ ਮੈਚ ਵੀ ਜਿੱਤੇ ਉਹਨਾਂ ਨੂੰ ਅਮਰੀਕਾ ਨੂੰ ਜੀ ਠੀਕ ਆ ਚਾਹ ਗਲੀਸ ਲੱਗੀ ਸੀ ਜਦੋਂ ਫਾਉਂਡੇਸ਼ਨ ਨੇ ਕਹਤਾ ਗਲੀਸ ਲੱਗੀ ਆ ਠੀਕ ਆ ਦੁੱਲਾ ਬਾਹਰ ਕੱਢਿਆ ਟ੍ਰਾਂਟੋ ਕੱਪ ਦੀ ਸਾਡੇ ਪਲੇਅਰ ਦੇ ਇੱਕ ਤੇ ਲੱਗੀ ਸੀਗੀ ਕਹਿੰਦੇ ਨਹੀਂ ਦੋਨਾਂ ਨੂੰ ਖੇਡਣਾ ਮੈਂ ਕਹਿੰਦਾ ਨੋ ਬਾਹਰ ਚਲੋ ਦੋਨੇ ਚਲੋ ਅਸੀਂ ਦੋਨੇ ਬਾਹਰ ਗੱਡੀ ਨਾ ਕੇ ਆਓ ਫੇਰ ਖੇਡ ਲਈ ਬਣਗੇ ਸੂ ਰੂ ਰੈਗੂਲੇਸ਼ਨ ਬਹੁਤ ਜ਼ਰੂਰੀ ਆ ਰੂਲ ਇਹ ਇਦਾਂ ਨਾ ਕਰਨ ਮੇਰੇ ਮੈਂ ਫੰਡਰੇਸ਼ਨ ਨੂੰ ਵੀ ਬੇਨਤੀ ਕਰਦਾ ਵੀ ਆਹ ਫਾਈਨਲ ਮੈਚ ਆ ਯਾਰ ਲੋਕੀ ਦੇਖਣ ਆਏ ਨੋ ਪਲੇਅਰ ਦੇ ਪੈਸੇ ਕਟੋ ਦੁੱਗਣੇ ਬਿਲਕੁਲ ਸਹੀ ਹੈ ਪਲੇਅਰ ਨੂੰ ਪਹਿਲਾਂ ਲਿਖ ਕੇ ਦਿਓ ਹਾਂ ਵੀ ਆ ਚੀਜ਼ ਨਹੀਂ ਸਾਡਾ ਰੂਪ ਪੇਪਰ ਵਰਕ ਕਰੋ ਪਲੇਅਰ ਨਾਲ ਮੈਂ ਤੇ ਗੱਲ ਤੇ ਚਾਹ ਪੇਪਰ ਵਰਕ ਕਰੋ ਪਲੇਅਰ ਨਾਲ ਜੇ ਤੂੰ ਆ ਗਲਤੀ ਕੀਤੀ ਤੇ ਤੇਰੇ ਇਨੇ ਪੈਸੇ ਕੱਟ ਹੋ ਜਾਣੇ ਆ ਚਾਹ ਰੋਲਾ ਪਾਵੇਂ ਚਾਹੇ ਸੀ ਹੁਣ 40 40000 50 50000 ਡਾਲਰ ਪਲੇਅਰ ਨੂੰ ਤੁਸੀਂ ਦਿੰਨੇ ਆ ਜੋ ਗਲੀਸ ਲਾ ਕੇ ਮੈਚ ਨੂੰ ਖਰਾਬ ਕਰ ਦਿੰਦਾ ਤੇ ਫਿਰ ਫਿਰ ਤਾਂ ਕੰਮ ਗੱਲ ਤੇ ਗਲਤ ਸਾਰੇ ਮੈਚਾਂ ਦੀ ਇਹ ਜਿਹੀ ਤੇ ਹੀ ਹੋ ਜਾਂਦਾ ਕਿਉਂਕਿ ਫਾਈਨਲ ਮੈਚ ਆਉਂਦੇ ਦਰਸ਼ਕਾਂ ਦਾ ਐਂਟਰਟੇਨਮੈਂਟ ਕਰਾਉਂਦੇ ਜਦੋਂ ਫਾਈਨਲ ਮੈਚ ਨਹੀਂ ਹੁੰਦਾ ਯਾ ਸਾਰਾ ਸਾਰਾ ਸਾਰੀ ਸਾਰੀ ਖਰਾਬ ਹੋ ਜਾਂਦਾ ਸ ਪਹਿਨੇ ਵੀ ਦੇਖੋ ਕਿਹਦੇ ਪਟਾਕੇ ਪੈਂਦੇ ਆ ਫਿੰਨਮੈਜ ਦਿਖਦੇ ਆ ਪਸਾਰੇ ਤਾਂ ਤੇ ਉੱਤੇ ਗਲੀਚ ਲਾਗ ਲੈਂਦੇ ਆ ਤੇ ਹੁਣ ਜੇ ਹੁਣ ਵੱਡਾ ਪਲੇਅਰ ਅਗਲੀਚ ਲਾ ਕੇ ਤਾਂ ਉਹ ਉਹਨੂੰ ਜੇ ਬਾਹਰ ਕੱਢਣਾ ਪੈਂਦਾ ਤਾਂ ਉਹ ਟੀਮ ਦਾ ਸਤਨਾਸ ਹੋ ਜਾਂਦਾ ਉਹ ਉਸ ਤੋਂ ਤੁਰੇ ਪਲੇਅਰ ਨੂੰ ਪੈਨੈਸ਼ਮੈਂਟ ਜਰੂਰ ਚਾਹੀਦੀ ਉੱਥੇ ਹੈਨਾ ਉੱਥੇ ਫਿਰ ਉਹ ਇਹੀ ਗੱਲ ਹੈ ਉਹ ਗਲਤੀ ਫੈਡਰੇਸ਼ਨਾਂ ਦੀ ਆ ਮੈਂ ਤਾਂ ਉਹ ਤੇ ਕਹੂੰਗਾ ਵੀ ਜੀ ਲੋਕੀ ਮੈਂ ਕਹਾਂ ਲੋਕੀ ਆਏ ਆ ਤੇ ਫਿਰ ਪਲੇਅਰ ਨਹੀਂ ਕੋਤ ਲਾਈ ਆ ਹਾਂ ਜਿਹੜੇ ਪ੍ਰੋਮੋਟਰ ਉਹਨਾਂ ਨੂੰ ਪੈਸੇ ਦੇ ਰਹੇ ਉਹਨਾਂ ਨੂੰ ਵੀ ਚਾਹੀਦਾ ਵੀ ਬਈ ਆਹ ਕੰਮ ਆਪਾਂ ਕਰਨਾ ਹੀ ਨਹੀਂ ਕੋਡੇ ਤਾਂ ਸਾਹਮਣੇ ਲਾਉਂਦੇ ਸ ਉਹ ਚ 8-9 ਉਂਗਲੀਛਾਂ ਪਾਉਂਦੇ ਆ। ਅੱਛਾ ਜੀ। ਪਤਾ ਨਹੀਂ ਕੀ ਕੀ ਪਾਉਂਦੇ ਆ। ਉਹ ਲਿਆਣ ਕੇ ਤੁਹਾਨੂੰ ਮਿਲ ਹੀ ਜਾਂਦੇ ਆ ਉਹ ਵਿੱਚ ਹੀ ੜਾ ਦਿੰਦੇ ਆ ਸਰੀਰ ਦੇ ਜਦੋਂ ਗਰਮੀ ਗਰਮੀ ਫੇ ਆਉਂਦੀ ਆ ਜੋ ਲਗਾ ਉਦੋਂ ਨਿਕਲਦੀ ਆ ਪਹਿਲਾਂ ਉਹ ਤੁਹਾਨੂੰ ਮਿਲ ਹੀ ਜਾਓ। ਜਿਹੜਾ ਬਹਿਗੀਆਂ ਨੇ ਉਹ ਲਿਆਂਦਾ ਹੀ ਮੁਸ਼ਕਜੇ ਵਾਲਾ ਜਿਹੜਾ ਇਹਨਾਂ ਦੇ ਫੇਰ ਦੇ ਹੀ ਉਹ ਕੀ ਆ ਉਹ ਹੀ ਹਾਂ ਜੀ ਉਹ ਕੀ ਤੌਲੀਆ ਤੌਲੀਆ ਉਹ 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 ਖੁਸ਼ਕ ਕਰ ਦਿੰਦਾ ਉਹ। ਅੱਛਾ ਐਨ ਐਨ ਨੂੰ ਖੁਸ਼ਕ ਕਰ ਦਿੰਦਾ ਫੇਰ ਹੱਥ ਦੇ ਉਤੋਂ। ਹਾਂ। ਵੇ ਨਹੀਂ ਫੇਰਦਾ ਉਹ ਤਾ ਤੁਸੀਂ ਦੋੜੇ ਕੇ ਮੈਚਾਂ ਦੇ ਫੇਰੇ ਆ ਤੁਹਾਡੇ ਕੋ ਚੱਕਿਆ ਪਈ ਨਹੀਂ ਉਹ ਖੇਲਾ ਪੈਂਦਾ ਸੀ ਉਹ ਫੇਰਨਾ ਪੈਂਦਾ ਸੀਗਾ ਉਹ 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 ਇਦਾਂ ਦੀ ਚੀਜ਼ ਆ ਉਹ ਵੀ ਬੰਦ ਕਰਤਾ ਬਾਅਦ ਚ ਨਹੀਂ ਉਹ ਬੰਦ ਕਰਤਾ ਫਿਰ ਪਲੇ ਰੋਂਦੇ ਆ ਹਾਂ ਜੀ ਉਦਾਂ ਮਾੜੀ ਚੀਜ਼ ਨਹੀਂ ਕੀ ਉਹ ਆਪਾਂ ਰੋਗ ਗੰਡਿਆਂ ਚ ਪਾ ਕੇ ਖਾਨੀ ਆ ਉਹਨੂੰ ਸਰਕਾ 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 ਹੀ ਆ ਉਹ ਸਰਕਾ ਸਰਕਾ ਉਹ ਪਰ ਉਹ ਇਦਾਂ ਦੇ ਉਹ ਲੀਕਾ ਪਾਉਣ ਲਾਉਂਦੇ ਐਂਡ ਡਰਾਈ ਕਰ ਦਿੰਦਾ ਹਾਂ ਦੇਖੋ ਕਿਦਾਂ ਉਹ ਕਿਦਾਂ ਖੱਚਦਾ ਹੋ ਪੁੱਤਰਾ ਹਣਾ ਤੇ ਹੋ ਜਾ ਫੇਲਾ ਆਈ ਤਾਂ ਕੋਈ ਚਾਹੀਦਾ ਨਾ ਨਹੀਂ ਚਾਹੀਦਾ ਯਾਰ ਇਦਾਂ ਨਹੀਂ ਗਾਇਦਾ ਪਲੇਰਾਂ ਨੂੰ ਵੀ ਚਾਹੀਦਾ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਵੀ ਨਾ ਲੋਣ ਕੁਝ ਕਿ ਜਾ ਫਿਰ ਦੇ ਅੱਤ ਕਦੀ ਆਉਣਾ ਬੰਦਾ ਬੰਦਾ ਕਿਤੇ ਆਉਣਾ ਹੁੰਦਾ ਅੱਛਾ ਹੁਣ ਕਬੱਡੀ ਹੋਈ ਨਹੀਂ 3 ਸਾਲ ਹੀ ਹੋ ਗਿਆ ਤੀਸਰਾ ਸੀਜ਼ਨ ਚੱਲ ਰਿਹਾ ਹੁਣ ਥੋੜਾ ਜਿਹਾ ਖੁੱਲ ਦਿੱਤੀ ਆ ਕੈਨੇਡਾ ਨੇ ਇੱਕ ਦੋ ਦਿਨ ਹੋਏ ਆ ਕਿਹਾ ਆ ਉਹਨਾਂ ਨੇ ਕਿ ਸ਼ਾਇਦ ਖੁੱਲ ਜਾਣ ਆਉਣ ਵਾਲੇ ਸਮੇਂ ਚ ਕੀ ਆਸ ਕਰੀਏ ਕਬੱਡੀ ਹੋਊਗੀ ਜਾਂ ਹੋਈ ਤਾਂ ਇਹ ਤਾਂ ਹੁਣ ਇਹ ਤਾਂ ਫੰਡਰੇਸ਼ਨ